ਜਦੋਂ ਕਿਸੇ ਨੂੰ ਮੋਹਰ ਛੱਡਣ ਵਾਸਤੇ ਸ਼ੁਰੂ ਪਾਠ ਕਰਨ ਵਾਸਤੇ ਪ੍ਰੇਰਨਾ ਦਿੱਤੀ ਜਾਂਦੀ ਹੈ ਅੱਗੋਂ ਸਵਾਲ ਪਾਠ ਕਰਦਾ ਜੇ ਮੈਂ ਗੁਰੂ ਪਾਲਾ ਪੜ੍ਹ ਜਾਵਾਂ ਗੁਰੂ ਮੈਨੂੰ ਕੀ ਦੇਵੇਗਾ ਜੋ ਗੁਰੂ ਬਖਸ਼ਣਾ ਕਰਦਾ ਜੋ ਗੁਰੂ ਰਹਿਮਤਾ ਕਰਦਾ ਉਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਰੀ ਰਾਤ ਦੇ ਵਿੱਚ ਅੰਤਰ ਕੀਤਾ ਗੁਰੂ ਤੁਰ ਕੇ ਨਹੀਂ ਬਖਸ਼ਣਾ ਕਰਦਾ ਜਿਹਨੂੰ ਪਾ ਕੇ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਔਰ ਸਾਰੀਆਂ ਆਸ਼ਾਵਾਂ ਪੂਰੀਆਂ ਹੋ ਜਾਂਦੀਆਂ ਪੂਰਨ ਤ੍ਰਿਪਤ ਮਿਲ ਜਾਂਦੀ ਹੈ ਫਿਰ ਇਹ ਤੋਂ ਬਾਅਦ ਉਸ ਨਾਮ ਦੀ ਵਰਤੋਂ ਕੀ ਹੁੰਦੀ ਹੈ ਉਹ ਜੋ ਬੀਜ ਹਮ ਹਮ ਕਸ਼ਮੁਤੇ ਤਿਨ ਕੀ ਬਾਤ ਪਦਾਨੀ ਪਦਾਨੀ ਸਾਡੇ ਦੇ ਪ੍ਰਭੂ ਪਰਮੇਸ਼ਵਰ ਦਾ ਵਾਹਿਗੁਰੂ ਦੇ ਵਿਚਕਾਰ ਜੋ ਇਹ ਹੋਮ ਮੰਤਾ ਦੀ ਦੀਵਾਰ ਹੈ ਹੋਮ ਤੇ ਜੋ ਬਣਿਆ ਹੋਇਆ ਇਹ ਸਾਰੀ ਖਤਮ ਹੋ ਜਾਂਦੀ ਹੈ ਉਹ ਜੋ ਬੀਜ ਹਮ ਹਮ ਕਸ਼ਮੁਤੇ ਤਿਨ ਕੀ ਬਾਤ ਪਦਾਨੀ ਫਿਰ ਵਸਤਾ ਕੀ ਬਣ ਜਾਂਦੀ ਹੈ ਅਲੰਕਾਰ ਹੋਈ ਹੈ ਸਾਤੇ ਕਰਮ ਪਦਾਨੀ ਅਲੰਕਾਰ ਸੋਨੇ ਦੇ ਵਿਆਕਰਨ ਕਰਦੇ ਆ ਜਿਵੇਂ ਸੋਨਾ ਜਦੋਂ ਵਿਆਕਰਨ ਦੇ ਰੂਪ ਵਿੱਚ ਹੁੰਦਾ ਉਹਦਾ ਨਾਮ ਨਹੀਂ ਵੱਖਦਾ ਉਹਦਾ ਅਲੰਕਾਰ ਨਹੀਂ ਵੱਖਦਾ ਪਰ ਜਦੋਂ ਸੁਨਿਆਰਾ ਉਹਨਾਂ ਸੋਨੇ ਦੇ ਗਹਿਣਿਆਂ ਨੂੰ ਪ੍ਰਕਾਸ਼ ਵਿੱਚ ਪਾ ਕੇ ਝਾੜ ਦਿੰਦਾ ਪ੍ਰਕਾਸ਼ ਵੀ ਖਤਮ ਹੋ ਜਾਂਦਾ ਨਾਮ ਵੀ ਮੁੱਕ ਜਾਂਦਾ ਕਦੀ ਬਣ ਜਾਂਦੀ ਆ ਨਹੀਂ ਬਣ ਜਾਂਦੀ ਆ ਸੋਨੇ ਦੀ ਜੜੀ ਬਣਾ ਜਾਂਦਾ ਇਸੇ ਪ੍ਰਕਾਰ ਸਤਿਗੁਰ ਕਹਿੰਦੇ ਜਿਹੜੇ ਹੋਮ ਮੰਤਾ ਜਦੋਂ ਵਿੱਚੋਂ ਖਤਮ ਹੋ ਜਾਂਦੀ ਆ ਉਸਦੇ ਸ਼ਬਦ ਵਾਲਾ ਫਿਰ ਮੇਲ ਤੇ ਮੁੱਕ ਜਾਂਦੀ ਆ ਇਹ ਜੀਵ ਆਤਮਾ ਬ੍ਰਹਮ ਦੇ ਵਿੱਚ ਭੇਦ ਹੋ ਜਾਂਦਾ ਸਤਿਗੁਰ ਕਹਿੰਦੇ ਜਦੋਂ ਅੱਗੇ ਹੋਰ ਕੀ ਬਣਦਾ ਕੋਈ ਜੋ ਵੀ ਹਮ ਤੁਮ ਕਾ ਸ਼ੁਰੂ ਦੇ ਬਾਤ ਬਦਾਨੀ ਅਲੰਕਾਰ ਨੇ ਸਾਡੀ ਵਿਆਹ ਤਾਤੇ ਕਰਮ ਪਕਾਨੀ ਪਰ ਜੋ ਜੋਤ ਪ੍ਰਭੂ ਪਰਮੇਸ਼ਵਰ ਦਾ ਵਾਹਿਗੁਰੂ ਦੀ ਜੋਤ ਹਿਰਦੇ ਵਿੱਚ ਵਾਪਸ ਹੋ ਜਾਂਦੀ ਹੈ ਸਹਿਜ ਸੁਖ ਸੁਭਾ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਮਨ ਕਰਕੇ ਤਨ ਕਰਕੇ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਬਾਜੇ ਅਨਹਦ ਬਾਣੀ ਅਨਹਦ ਸ਼ਬਦ ਸੁਣ ਲੱਗ ਜਾਂਦੇ ਆ ਬਾਜੇ ਅਨਹਦ ਬਾਣੀ ਔਰ ਨਾਨਕ ਨਿਜ ਚਲਚਲ ਬਾਜਿਓ ਗੁਰੂ ਕੀਓ ਬੰਧਾਨੀ ਨਿਜ ਘਰ ਦੇ ਵਿੱਚ ਜੀਵ ਆਤਮਾ ਜਿਹੜਾ ਟਿਕ ਜਾਂਦਾ ਜੇ ਗੁਰੂ ਦੇਵ ਜੀ ਨੇ ਸਨਮਾਨ ਕੀਤਾ ਫਿਰ ਘਰ ਘਰ ਸੋ ਹਰ ਜਨ ਪਿਆਰੇ ਸਰੀਰ ਕਰਕੇ ਤੇ ਆਪਾਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੁੰਦੇ ਆ ਤਾਂ ਮਨ ਸਾਡਾ ਕਮ ਨੂੰ ਜੀੜਾ ਦੂਰ ਚੜ੍ਹਦਾ ਹੈ ਕਮ ਨੂੰ ਜਾਏ ਤੇ ਆਵੇ ਲੋਕੀ ਜੀੜਾ ਜਨਾਂ ਹੱਥਾਂ ਚਾਰੇ ਗੁਰੂ ਦਾ ਭਾਲੇ ਤੇ ਫਿਰ ਜਿਹੜ ਘਰ ਦੇ ਵਿੱਚ ਬਹਿ ਜਾਂਦਾ ਟਿਕ ਜਾਂਦਾ ਜਦੋਂ ਨਿਜ ਘਰ ਦੇ ਵਿੱਚ ਟਿਕ ਜਾਂਦਾ ਫਿਰ ਗੱਲ ਬਣ ਜਾਂਦੀ ਆ ਔਰ ਇਸ ਨਾਮ ਦੀ ਮਹਾਨਤਾ ਗੁਰੂ ਦੀ ਪ੍ਰਧਾਨਤਾ ਗੁਰੂ ਦੀ ਬਖਸ਼ਿਸ਼ ਦੱਸਦੇ ਹੋਏ ਭੱਟਾ ਨੇ ਆਪਣਾ ਅਨੁਭਵ ਗੁਰੂ ਕੀ ਬਾਣੀ ਵਿੱਚ ਅੰਕਿਤ ਕਰਨਾ ਕੀਤਾ ਕਿਉਂਕਿ ਇਹਨਾਂ ਸਾਰੇ ਸਮਾਗਮਾਂ ਦਾ ਮੰਤਵ ਇਹੀ ਹੈ ਕਿ ਆਪਾਂ ਜਨਮਾਂ ਜਨਮਾਂਤਰਾਂ ਤੋਂ ਉਸ ਆਪਣੇ ਮਾਤ ਦੇ ਨਾਲੋਂ ਧੁਰੇ ਦੇ ਨਾਲੋਂ ਪ੍ਰਭੂ ਪਰਮੇਸ਼ਵਰ ਸਾਹਿਬ ਵਾਹਿਗੁਰੂ ਦੇ ਨਾਲੋਂ ਵਿਛੜੇ ਹੋਏ ਹਾਂ ਔਰ ਵਿਛੜ ਕੇ ਕਿਹਨਾਂ ਗੁਣਾਂ ਨੂੰ ਧਰਤਨਾ ਕੀਤਾ ਕਈ ਜਨਮ ਭੈ ਦੀ ਪਤੰਗਾ ਕਈ ਜਨਮ ਦੱਖ ਦੀ ਪ੍ਰਗਟਾ ਕਈ ਜਨਮ ਪੰਛੀ ਸਭ ਹੋਇਓ ਕਈ ਜਨਮ ਹੈ ਪਰ ਵਿਰਤ ਹੋਇਓ ਹੁਣ ਪਰਮੇਸ਼ਵਰ ਨੇ ਮਿਹਰ ਕੀਤੀ ਆ ਬਖਸ਼ਿਸ਼ ਕੀਤੀ ਆ ਮਨੁੱਖਾ ਬੰਦੀ ਦਾ ਦਿੱਤੀ ਆ ਇਹਦੇ ਨਾਲ ਕੀ ਕਰਨਾ ਮਿਰਤ ਦੇਸ਼ ਮਿਰਤ ਕੀ ਵਰਜਾ ਚਿਰੰ ਕਾਲੇ ਦੇਸ਼ ਜਰਜਾ ਬਹੁਤ ਲੰਬੇ ਸਮੇਂ ਤੋਂ ਬਾਅਦ ਚਿਰੰ ਕਾਲ ਤੋਂ ਬਾਅਦ ਇਹ ਮਨੁੱਖਾ ਬੰਦੀ ਦਾ ਮਿਲੀ ਆ ਇਹਦੇ ਵਿੱਚ ਕੀ ਕਰਨਾ ਮਿਰਤ ਦੇਸ਼ ਆਪਣੇ ਮਾਤ ਦੇ ਨਾਲ ਉਸ ਸੰਸਾਰ ਦਾ ਪਾਰ ਗਿਆ ਉਹਦੇ ਨਾਲ ਭੇਦ ਹੋਣਾ ਔਰ ਇਸ ਭੇਦ ਹੋਣ ਵਾਸਤੇ ਗੁਰੂ ਦੀ ਲੋੜ ਹੈ ਔਰ ਗੁਰੂ ਵਾਲੇ ਆਪਾਂ ਨੂੰ ਸਾਰਿਆਂ ਨੂੰ ਬਣਨਾ ਚਾਹੀਦਾ ਔਰ ਜਿਹਨਾਂ ਨੇ ਗੁਰੂ ਦੇ ਸ਼ਬਦ ਨੂੰ ਪ੍ਰਾਪਤ ਕੀਤਾ ਉਹਨਾਂ ਦੇ ਜੀਵਨ ਵਿੱਚ ਕੀ ਤਬਦੀਲੀ ਆਈ ਹੈ ਉਹ ਆਪ ਉਹਨਾਂ ਨੇ ਗੁਰੂ ਦੀ ਬਾਣੀ ਵਿੱਚ ਪ੍ਰਮਾਣ ਕੀਤਾ ਕੱਚੋ ਕੱਚਨ ਭਰਿਓ ਸ਼ਬਦ ਨੂੰ ਸੁਪਨਾ ਸੁਣਿਓ ਗੁਰੂ ਦਾ ਸ਼ਬਦ ਸੁਣ ਕੇ
ਕਾਤੂ ਮਰਦਾਂ ਜੀਵਨ ਸੋਨੇ ਵਰਗਾ ਬਣ ਗਿਆ ਇੱਥੇ ਵਸਦੀ ਦੇਖਦੇ ਅਮਰਤ ਹੋਇਓ ਨਾਮ ਸਤਿਗੁਰੂ ਭਣਿਓ ਜਿਸ ਮੰਦਰ ਦਾ ਜਾਪ ਮਹਾਂ ਸਾਹਿਬ ਜੀ ਬਾਬਾ ਕੁਪਾਲ ਸਿੰਘ ਜੀ ਆਪ ਨੂੰ ਕਰਵਾ ਰਹੇ ਸਨ ਜਿਹੜਾ ਇਸ ਜਾਪ ਨੂੰ ਇਸ ਨਾਮ ਨੂੰ ਰਸਮਾਂ ਦੇ ਨਾਲ ਪ੍ਰਚਾਰ ਨਹੀਂ ਕਰੇਗਾ ਉਹਦਾ ਜਹਿਰ ਵਾਲਾ ਜੀਵਨ ਭਾਵ ਹੈ ਜੋ ਕਾਮ ਕ੍ਰੋਧ ਦੀ ਜਹਿਰ ਜੀਵਨ ਵਿੱਚ ਭੁੱਲੀ ਹੋਈ ਹੈ ਉਹ ਵੱਖਰੀ ਹੋ ਜਾਵੇਗੀ ਨਾਸ਼ ਹੋ ਕੇ ਅੰਮ੍ਰਿਤਮਈ ਜੀਵਨ ਬਣ ਜਾਵੇਗਾ ਦੇਖਦੇ ਅੰਮ੍ਰਿਤ ਵਜੋਂ ਨਾਮ ਸਤਿਗੁਰ ਨੂੰ ਭਰਿਓ ਭਰਨ ਦਾ ਭਾਵ ਚਾਰਨ ਕਰਨ ਦੇ ਨਾਲ ਇੱਥੇ ਵਸਦੇ ਲੋਕ ਹੋਇਓ ਲਾਲ ਨਦਰ ਸਤਿਗੁਰ ਜਲ ਧਾਰੇ ਲੋਹੇ ਤੋਂ ਲਾਭ ਹੋ ਜਾਂਦਾ ਕਲਗੁਰੂ ਦੀ ਦ੍ਰਿਸ਼ਟੀ ਦੇ ਨਾਲ ਪਰ ਇੱਥੇ ਵਸਦੇ ਲੋਕ ਹੋਇਓ ਲਾਲ ਨਦਰ ਸਤਿਗੁਰ ਜਲ ਧਾਰੇ ਪਾਹਨ ਨਾਨਕ ਕਰੇ ਗਿਆਨ ਕਸਰ ਜਾਏ ਕਾਖੋ ਸਿੱਖਣ ਸਤਿਗੁਰ ਕੀਓ ਦੁੱਖ ਦਰਿਦਰ ਦਿਨ ਕੇ ਗਏ ਪਰ ਜਿੱਥੇ ਪੱਤਰ ਤੋਂ ਮੋਤੀ ਬਣ ਜਾਂਦਾ ਉੱਥੇ ਇੱਕ ਸਧਾਰਨ ਪੱਤਰ ਤੋਂ ਸ੍ਰੀ ਕਾਮ ਚੰਦਰ ਦਾ ਉਧਾਰ ਕਰ ਦਿੰਦਾ ਕਿਸ ਬੜੀ ਮਹਾਨਤਾ ਇੱਥੇ ਵਸਦੀ ਸਾਧੂ ਤਰੀਕ ਮਾਤ ਦੀ ਰਹਿਮਤ ਦੇ ਨਾਲ ਬਖਸ਼ਿਸ਼ ਦੇ ਨਾਲ ਗੁਰੂ ਦੀ ਸ਼ਰਨ ਪ੍ਰਾਪਤ ਕਰਨ ਦੇ ਨਾਲ ਕੀ ਹੁੰਦਾ ਸਤਿਗੁਰ ਚਰਨ ਜਿਨ ਵਸਿਆ ਸੀ ਪਾਸ ਪ੍ਰੇਤ ਸੁਣ ਨਾ ਭਰੇ ਕਿਉਂਕਿ ਗੁਰੂ ਦਾ ਵਚਨ ਹੈ ਬਨਿਹਾਰੀ ਪਰ ਆਪਣੇ ਜੋ ਬਾਣੀ ਸਤਵਾ ਕਿਉਂ ਕਿਉਂਕਿ ਜਿਨ ਮਾਸ ਦੇ ਦੇਵ ਦੇ ਕਿਸੇ ਕੰਮ ਨਾ ਮਾਗੀ ਵਾਰ ਇਸ ਕਰਕੇ ਉਹਨਾਂ ਭੱਟਾਂ ਨੇ ਜੋ ਆਪਣੇ ਜੀਵਨ ਵਿੱਚ ਬਦਲਾਵ ਆਇਆ ਉਹ ਸਾਡੀ ਦ੍ਰਿਸ਼ਟੀ ਗੋਚਰਾ ਕਰਕੇ ਸਾਨੂੰ ਪ੍ਰੇਰਨਾ ਦਿੱਤੀ ਹੈ ਇਸ ਸੰਸਾਰ ਦੇ ਵਿੱਚੋਂ ਗੁਰਬਿੰਦ ਭੋਰੇ ਅਧਾਰ ਗੁਰਬਿੰਦ ਸਮਝ ਨਾ ਆਵੇ ਗੁਰਬਿੰਦ ਸੋਚਣਾ ਸਿੱਧ ਗੁਰਬਿੰਦ ਮੁਕਤ ਨਾ ਪਾਵੇ ਗੁਰਬਿੰਦ ਸੋਚਣਾ ਸਿੱਧ ਗੁਰਬਿੰਦ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਤੂੰ ਕਰ ਲੇ ਮਨ ਮੇਰੇ ਗੁਰ ਕਰ ਸਤ ਸੁਖਣ ਅਗਨ ਕੱਟੇ ਸਭ ਤੇਰੇ ਗੁਰ ਨੈਣ ਭੈਣ ਗੁਰ ਗੁਰ ਕਰ ਗੁਰ ਸਤ ਕਰ ਨਨ ਕਹਾ ਜਿਹਨੂੰ ਗੁਰੂ ਨਾ ਦੇਖਿਓ ਬਹੁ ਕੀਓ ਤੇ ਅਗਿਆਤ ਸੰਸਾਰ ਨਾ ਅਗਿਆਤ ਦਾ ਭਾਵ ਜਿਹਦਾ ਕੋਈ ਅਰਥ ਨਹੀਂ ਨਿਸ਼ਚਲ ਹੈ ਉਹਦਾ ਆਪਣਾ ਇਸ ਸੰਸਾਰ ਦੇ ਵਿੱਚ ਜੇ ਉਸਨੇ ਗੁਰੂ ਦੀ ਚਰਨ ਸ਼ਰਨ ਨੂੰ ਪ੍ਰਾਪਤ ਨਹੀਂ ਕੀਤਾ ਇਸ ਕਰਕੇ ਜਿੱਥੇ ਆਪਾਂ ਮਹਾਂਪੁਰਖਾਂ ਦੀ ਮਿੱਠੀ ਯਾਦ ਮਨਾ ਰਹੇ ਹੈ ਉਹਨਾਂ ਦੇ ਜੀਵਨ ਤੋਂ ਆਪਾਂ ਨੂੰ ਪ੍ਰੇਰਨਾ ਲੈ ਕੇ ਜੋ ਗੁਰੂ ਦਾ ਸੰਦੇਸ਼ ਹੈ ਕਿ ਗੁਰੂ ਦਾ ਜਿਹੜਾ ਦਿੱਤਾ ਹੋਇਆ ਗਿਆਨ ਉਹ ਅੰਧਕਾਰ ਨੂੰ ਦੂਰ ਕਰ ਸਕਦਾ ਹੈ ਇਸ ਕਰਕੇ ਗੁਰਬਿੰਦ ਭੋਰੇ ਅਧਾਰ ਗੁਰਬਿੰਦ ਸਮਝ ਨਾ ਆਵੇ ਗੁਰਬਿੰਦ ਸੋਚਣਾ ਸਿੱਧ ਗੁਰਬਿੰਦ ਮੁਕਤ ਨਾ ਪਾਵੇ ਇਸ ਕਰਕੇ ਜੇ ਆਪਾਂ ਮੁਕਤੀ ਨੂੰ ਪ੍ਰਾਪਤ ਕਰਨਾ ਹੈ ਗੁਰੂ ਦੀ ਖੁਸ਼ੀ ਲੈਣੀ ਹੈ ਫਿਰ ਗੁਰੂ ਵਾਲੇ ਆਪਾਂ ਨੂੰ ਬਣ ਜਾਣਾ ਚਾਹੀਦਾ ਜੋ ਗੁਰੂ ਕਹਿੰਦਾ ਹੈ ਗੁਰ ਕਾ ਸਰਦਾਰ ਪਰਮਾਤਮਾ ਦੇ ਅਨੁਸਾਰ ਆਪਣਾ ਜੀਵਨ ਢਾਲ ਲੈਣਾ ਚਾਹੀਦਾ ਇਹਦਾ ਲਾਭ ਆਪਾਂ ਨੂੰ ਹੀ ਪ੍ਰਾਪਤ ਹੋਣਾ ਹੈ ਕਿਸੇ ਹੋਰ ਤੋਂ ਨਹੀਂ ਇਸ ਕਰਕੇ ਇਸ ਬਾਗੀ ਕਰਨ ਦਾ ਇਹੀ ਮੰਤਵ ਹੈ ਜੋ ਆਪਾਂ ਗੁਰੂ ਦੀ ਮੱਤ ਦਾ ਤਿਆਗ ਕਰਕੇ ਬੈਠੇ ਹਾਂ ਇਸ ਕਰਕੇ ਹੋਰ ਵੱਧ ਸਮਾਗਮ ਹੈ ਗੁਰੂ ਦੀ ਮੱਤ ਲੈਣ ਵਾਸਤੇ ਇਹਨਾਂ ਸਮਾਗਮਾਂ ਵਿੱਚੋਂ ਪ੍ਰੇਰਨਾ ਲੈਣੀ ਹੈ ਜਿਹੜਾ ਗੁਰੂ ਦਾ ਪਿਆਰਾ ਇਹਨਾਂ ਸਮਾਗਮਾਂ ਵਿੱਚੋਂ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਕੇ ਗੁਰੂ ਦੇ ਆਸ ਅਨੁਸਾਰ ਜੀਵਨ ਚਲਾਉਣਾ ਆਰੰਭ ਕਰ ਦਿੰਦਾ ਹੈ ਉਹਦਾ ਲੋਕ ਵੀ ਸੁਖੀ ਪ੍ਰਲੋਕ ਵੀ ਸਵੇਲਾ ਹੋ ਜਾਂਦਾ ਹੈ ਔਰ ਅਗਾਂਹ ਪ੍ਰਲੋਕ ਦੇ ਵਿੱਚ ਡੇ ਦੇ ਦਰ ਗਿਆ ਕਹਾ ਨਾ ਪਓ ਉੱਥੇ ਕੀ ਮਿਲਦਾ ਪਾਓ ਹੈ ਆਦਰ ਸ਼ੁਭ ਦੇਵ ਸ੍ਰੇਸ਼ਟ ਮਾਨਸਿਕ ਕੰਮ ਕਰਦਾ ਔਰ ਸਭ ਸਰੂਪ ਦੇ ਸਦਨ ਜਾਂਦਾ ਆਪਣੇ ਜਾਣ ਰਹੇ ਮੇਰੇ ਸਾਧਾ ਆਪਣੇ ਮਨ ਦਾ ਚੱਕਰ ਬੁਲਾ ਜਾਂਦਾ ਤਾਂ ਤੇ ਇਹੀ ਬੇਨਤੀ ਹੈ ਜਿੱਥੇ ਆਪ ਨੇ ਗੁਰੂ ਚਰਨਾਂ ਵਿੱਚ ਕੀਰਤਨ ਸਰਵਣ ਕਰਕੇ ਲਾਭ ਪ੍ਰਾਪਤ ਕੀਤਾ ਸਿਮਰਨ ਕੀਤਾ ਜਿਹਨਾਂ ਨੇ ਗੁਰੂ ਦੇ ਚਰਨ ਸ਼ਰਨ ਨੂੰ ਪ੍ਰਾਪਤ ਕੀਤਾ ਉਹਨਾਂ ਨੂੰ ਸ਼ਰਨ ਲਿਖਦਾ ਪਰ ਜਿਹੜੇ ਅਜੇ ਤੱਕ ਗੁਰੂ ਦੀ ਸਿੱਖਿਆ ਤੋਂ ਵਾਂਝੇ ਆ ਗੁਰੂ ਦੀ ਸ਼ਰਨ ਤੋਂ ਦੂਰ ਹਨ ਉਹਨਾਂ ਨੂੰ ਬੇਨਤੀ ਆ ਉਹ ਗਲਤ ਪਾਪ ਨੂੰ ਮਹਿ ਗਲਤ ਧਰਮ ਚੰਗਾ ਕੰਮ ਕਰਨ ਵਾਸਤੇ ਦੇਰ ਨਹੀਂ ਕਰਨੀ ਚਾਹੀਦੀ ਆਪਣੇ ਭਲੇ ਵਾਸਤੇ ਜ਼ਰੂਰ ਗੁਰੂ ਕੇ ਖੰਡੇ ਦੌੜਨੇ ਦਾ ਅਮਰ ਛੱਡ ਕਰਕੇ ਗੁਰੂ ਕੀ ਚਾਲੀ ਉੱਤੇ ਚੱਲ ਕਰਕੇ ਆਪਣਾ ਰੋਸ ਸੇਵਾ ਕਰਕੇ ਇਸ ਸੰਸਾਰ ਦੇ ਵਿੱਚ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਫਤਿਹ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।